ਅਸਲਾਮ ਵਾਲੇਕੁਮ ਵੈਸੇ ਯਾਰ ਕਿੱਡੀ ਹੈਰਾਨੀ ਵਾਲੀ ਗੱਲ ਆ ਵੀ ਅਸੀਂ ਜਿਹੜੇ ਜ਼ਿਮੀਦਾਰ ਆ ਅਸੀਂ ਕਾਵਾਂ ਨਾਲੋਂ ਵੀ ਪਰੇ ਹੋਗੇ ਕਾਵਾਂ ਦੀਆਂ ਵੀ ਮਸਾਲਾਂ ਬਣੀਆਂ ਹੋਈਆਂ ਕਿ ਫੁਲਾਣੀ ਜਗ੍ਹਾ ਲੋਕ ਕਾਵਾਂ ਤਰ੍ਹਾਂ ਇਕੱਠੇ ਹੋਗੇ ਤੁਸੀਂ ਇੰਜ ਕਰਿਓ ਵੀ ਇੱਕ ਕਾਂ ਲੈ ਲਿਓ ਜਿੰਦਾ ਲੈ ਲਿਓ ਤੇ ਭਾਵੇਂ ਲੈ ਲਿਓ ਮਰਿਆ ਹੋਇਆ ਜੇ ਜਿੰਦਾ ਲੱਭ ਜਵੇ ਫੇਰ ਉਹ ਆਪਣੀ ਬਰਾਦਰੀ ਨੂੰ ਆਪੇ ਇਕੱਠਾ ਕਰ ਲੂਗਾ ਲੇਕਿਨ ਅਗਰ ਮਰਿਆ ਹੋਇਆ ਲੱਭੇ ਨਾ ਉਹਨੂੰ ਸੋਟੀ ਤੇ ਬੰਨ ਕੇ ਉੱਤੇ ਨੂੰ ਇੰਜ ਕਰਕੇ ਦੋ ਵਾਰੀ ਦੋ ਚਾਰ ਵਾਰੀ ਆਪਣੇ ਮੂੰਹ ਨਾਲ ਕਾਂ ਕਾਂ ਕਰਿਓ ਕਾਵਾਂ ਦੀ ਬੋਲੀ ਕੱਢ ਕੇ ਦੇਖਿਓ ہزارہ نہیں تا سو آدھی تداد اجتا کہاں جرور کٹھے ہو جانگے لیکن اسی زیمی دار کٹھے نہیں ہو سکتے ایک چھوٹی جی ویڈیو ہے دیکھ دیں اس تو بعد میں تھوڑے نڑ گال کرنی ہے کدھرے جائے ہونا آخری الٹی میٹے میں گورنمنٹ کو اس کے بعد انتیس تاریخ کو ہم پورے پاکستان کے کسان سندھ میں کسانوں کے ساتھ ظلم پنجاب میں کسانوں کے ساتھ ظلم بلوچستان میں کسانوں کے ساتھ ظلم ہم انتیس کو اس پنجاب سمبلی کے سامنے ਇਤਨਾ ਬੜੇ ਧਰਨੇ ਦੇ ਸਾਥ ਅਭੀ ਲੱਖੋ ਲੋਕ ਤਿਆਰ ਹੈ ਸਿਰਫ ਹਮਨੇ ਕਹਾ ਕਿ ਹਮ ਗਵਰਨਮੈਂਟ ਕੋ ਆਖਰੀ ਮੌਕਾ ਫਿਰ ਦੇ ਲੇ ਹੋ ਸਕਤਾ ਹੈ ਗਵਰਨਮੈਂਟ ਸੋਚ ਲੇ ਹਮਾਰੇ ਕਿਸਾਨੋ ਕੀ ਹਾਂਜੀ ਖਾਲਦ ਹੁਸੈਨ ਬਾਟ ਸਾਹਿਬ ਇਹਨਾਂ ਨੇ ਪਹਿਲਾ 15 ਤਰੀਕ ਦੇਈ ਹੁਣ ਇਹਨਾਂ ਨੇ 29 ਤਰੀਕ ਦੇਤੀ ਪੁੱਛਣਾ ਇਹ ਸੀ ਖਾਲਦ ਹੁਸੈਨ ਬਾਟ ਸਾਹਿਬ ਤੋਂ ਜੇ ਤੁਸੀਂ ਲਾਹੌਰ ਜਾ ਕੇ ਸਿਰਫ ਪ੍ਰੈਸ ਕਾਨਫਰੈਂਸ ਹੀ ਕਰਨੀ ਸੀ ਤੇ ਅੱਗੇ ਜਾ ਕੇ 29 ਤਰੀਕ ਦੇਣੀ ਸੀ ਤੇ ਫਿਰ ਘਰੋਂ ਹੀ ਕਰ ਲੈਂਦੇ ਇੱਥੋਂ ਹੀ ਕਰ ਲੈਂਦੇ ਤੇ ਜਿਹੜੇ ਚਾਰ ਜ਼ਿਮੀਂਦਾਰ ਭਰਾ ਉੱਥੇ ਗਏ ਸੀ ਅਗਲੀ ਵਾਰੀ ਉਹ ਵੀ ਨਹੀਂ ਜਾਣਗੇ 13ਵਾਂ ਮਹੀਨਾ ਚੱਲ ਰਿਹਾ ਹੈ ਛੋਟੇ ਕਿਸਾਨ ਦੀ ਜੇਬ 'ਤੇ ਅੱਗੇ ਪੈਸਾ ਕੋਈ ਨਹੀਂ ਹੈ ਤੇ ਜੇ ਤੁਸੀਂ 29 ਤੋਂ ਬਾਅਦ ਇੱਕ ਹੋਰ ਤਰੀਕ ਦੇਤੀ ਜਦੋਂ ਦਿੱਕਰ ਤਾਂ ਵੈਸੇ ਹੀ ਕਿਸਾਨਾਂ ਨੇ ਆਪਣੀ ਗੰਦਮ ਵੇਚ ਲੈਣੀ ਆ ਖਾਲਸ ਹੈਨ ਬਾਟ ਸਾਹਿਬ ਅਗਰ ਤੁਸੀਂ ਵਾਕਈ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਚੰਗਾ ਕਰਨਾ ਚਾਹੁੰਦੇ ਆ ਨਾ ਤਾਂ ਤਹਿਸੀਲ ਲੈਵਲ ਦੇ ਉੱਤੇ ਜਿੱਨੇ ਤਹਿਸੀਲ ਸਦਰ ਆ ਉਹ ਯੂਨੀਅਨ ਕੌਂਸਲਾਂ ਦੇ ਵਿੱਚ ਵਟਸਐਪ ਗਰੁੱਪ ਬਣਾਉਂਦੇ ਪਹਿਲੇ ਤਹਿਸੀਲ ਲੈਵਲ ਤੇ ਕਿਸਾਨਾਂ ਨੂੰ ਜਮ੍ਹਾਂ ਕਰਦੇ ਯੂਨੀਅਨ ਕੌਂਸਲ ਲੈਵਲ ਤੇ ਕਿਸਾਨਾਂ ਨੂੰ ਜਮ੍ਹਾਂ ਕਰਦੇ ਕੋਈ ਵਟਸਐਪ ਗਰੁੱਪ ਬਣੇ ਹੁੰਦੇ ਇੱਕ ਦੂਸਰੇ ਨੂੰ ਇਤਲਾਹ ਹੁੰਦੀ ਰਾਬਤਾ ਤਾਂ ਤੁਹਾਡਾ ਆਮ ਕਿਸਾਨ ਨਾਲ ਹੈ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਕਿ ਸਾਨੂੰ ਯੂਨੀਅਨ ਕੌਂਸਲ ਲੈਵਲ ਦੇ ਉੱਤੇ ਵੱਡੇ ਕਿਸਾਨਾਂ ਨੂੰ ਸਭ ਤੋਂ ਪਹਿਲੇ ਸ਼ਾਮਲ ਕਰਨਾ ਚਾਹੀਦਾ ਫਿਰ ਛੋਟੇ ਕਿਸਾਨ ਸਾਡੇ ਵਰਗੇ ਵੀ ਨਾਲ ਸ਼ਾਮਲ ਹੋਣ ਫਿਰ ਬੈਠ ਕੇ ਕੋਈ ਫੈਸਲਾ ਕੀਤਾ ਜਾਵੇ ਤੇ ਹੁਣ ਵੀ ਜੇ ਅਗਰ ਕੁਝ ਤੁਸੀਂ ਕਰਨਾ ਚਾਹੁੰਦੇ ਆ ਨਾ ਤੇ ਤਹਿਸੀਲ ਲੈਵਲ ਤੇ ਯੂਨੀਅਨ ਕੌਂਸਲ ਲੈਵਲ ਤੇ ਵੀ ਕਿਸਾਨਾਂ ਨੂੰ ਇਕੱਠਿਆਂ ਕਰੋ ਹਕੂਮਤ ਦੇ ਅੱਗੇ ਜਾ ਕੇ ਰੋਣ ਦਾ ਕੋਈ ਫਾਇਦਾ ਨਹੀਂ ਹੈ ਤੇ ਜ਼ਿੰਮੇਦਾਰ ਭਰਾਓ ਤੁਸੀਂ ਮੈਨੂੰ ਇੱਕ ਗੱਲ ਦੱਸੋ ਯਾਰ ਅਸੀਂ ਜਦੋਂ ਸਤੰਬਰ ਕਾਸ਼ਤ ਕਮਾਦ ਲਾਂਦੇ ਆ ਅਸੀਂ ਡੇਢ ਸਾਲ ਇੰਤਜ਼ਾਰ ਨਹੀਂ ਕਰਦੇ ਸਤੰਬਰ ਚ ਲਾ ਕੇ ਅਗਲਾ ਸਾਲ ਪੂਰਾ ਗੁਜ਼ਾਰ ਕੇ ਫਿਰ ਅਸੀਂ ਫਰਵਰੀ ਚ ਜਾ ਕੇ ਜਾਂ ਜਨਵਰੀ ਚ ਅਸੀਂ ਉਹਦੀ ਕਟਾਈ ਕਰਦੇ ਆ ਉਦੋਂ ਵੀ ਤਾਂ ਅਸੀਂ ਸਬਰ ਕਰਦੇ ਆ ਹੁਣ ਸਾਡੇ ਪੈਰ ਐਨੇ ਕਿਉਂ ਸੜ ਰਹੇ ਆ 6 ਮਹੀਨੇ ਜਿੱਥੇ ਐਨਾ ਕੱਢਿਆ ਐਨਾ ਖਪਿਆ ਤੇ ਯਾਰ 2-3 ਤੇ 2-3 ਮਹੀਨੇ ਹੋਰ ਦੰਦਾ ਥੱਲੇ ਜੀਬ ਦੇ ਲੋ ਉਸ ਤੋਂ ਬਾਅਦ ਤੁਸੀਂ ਦੇਖਿਓ ਗੰਧਮ ਉਹੀ ਜਿਹੜਾ ਹਕੂਮਤ ਦਾ ਰੇਟ ਆ ਉਹਦੇ ਉੱਤੇ बिकੂਗੀ ਬੇਸ਼ੱਕ ਹਕੂਮਤ ਦਾ ਜਿਹੜਾ 3900 ਰੁਪਿਆ ਰੇਟ ਆ ਨਾ ਇਹ ਵੀ ਕਿਸਾਨ ਨਾਲ ਜ਼ੁਲਮ ਆ ਤੇ ਕੈਂਪੇਨ ਚਲਾਓ ਇਹ ਮੈਸੇਜ ਕਰੋ ਲੋਕਾਂ ਨਾਲ ਰਾਬਤਾ ਕਰੋ ਜਾਨਾ ਕਿਤੇ ਸਾਰੇ ਜ਼ਿਮੀਂਦਾਰ ਭਰਾਵਾਂ ਅੱਗੇ ਮੇਰੀ ਇੱਕ ਦਰਖਾਸਤ ਆ ਕਿ ਅੱਡੇ ਤੱਤੇ ਨਾ ਪਾਓ ਆਪਣੀ ਕਣਕ ਚੱਕ ਕੇ ਆਪਣੇ ਘਰ ਰੱਖ ਲਓ 2-3 ਮਹੀਨੇ ਬਸ ਇੰਤਜ਼ਾਰ ਕਰ ਲਓ ਫੇਰ ਉਹੀ ਹਕੂਮਤ ਦੇ ਰੇਟ ਤੇ ਇਹਨੂੰ ਆਮ ਨਾਲ ਵੇਚ ਲਓ ਤਿਆਨੀ ਦੇਰੇ ਸਾਡਾ ਕੁਛ ਨਹੀਂ ਵਿਗੜਨ ਲੱਗਿਆ ਜੇ ਕੋਈ ਤੰਗੀ ਫੰਗੀ ਵੀ ਹੈ ਵੀ ਹੈ ਨਾ ਤੇ ਉਹਨੂੰ ਕੱਢ ਲੋ ਓੰਜ ਦੇਖ ਲੋ ਤੁਸੀਂ ਵੀ ਕਿੱਲੇ ਪਿੱਛੇ 40 40000 ਰੁਪਏ ਦਾ ਨੁਕਸਾਨ ਹੋਣਾ 50 50000 ਰੁਪਏ ਦਾ ਨੁਕਸਾਨ ਹੋਣਾ ਹਜ਼ਾਰ ਰੁਪਿਆ ਗੰਧਮ ਦਾ ਰੇਟ ਘਟ ਚੱਲ ਰਿਹਾ ਆ ਤੇ ਇੰਜ ਹੀ ਸਮਝ ਲੋ ਕਿ ਅਸੀਂ ਯਾਰ ਕੋਈ ਚੀਜ਼ ਕਿਸੇ ਕੋਲੋਂ ਖਰੀਦ ਕੇ ਰੱਖ ਲਈਆ ਸਾਡੀ ਬੜੀ ਮਿਹਰਬਾਨੀ ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ ਅੱਲਾ ਹਾਫਿਜ਼